ਸ਼੍ਰੀ ਅਕਾਲ ਸਰਕਾਰ ਇਸ ਸਥਾਨ 'ਤੇ ਦਰਸ਼ਨ ਕਰਨ ਦਾ ਸਵਾਲ ਪ੍ਰਾਪਤ ਹੋਇਆ ਹੈ। ਜਗਤ ਗੁਰੂ ਸਤਿਗੁਰੂ ਗੁਰਦਾਸ ਜੀ ਮਹਾਰਾਜ ਅਮਰ ਬਾਣੀ ਵਿੱਚ ਸਮੁੱਚੀ ਮਾਨਵਤਾ ਨੂੰ ਪਾਵਨ ਸਰੂਪ ਪ੍ਰਾਪਤ ਕਰਦੇ ਹਨ। ਰਵਿਦਾਸ ਸੋਈ ਸਾਧੂ ਪਰੋ ਜੋ ਜਾਣੇ ਪਰ ਪੀਰ ਪਰ ਪੀਰਾ ਕੋਲ ਪੇਕੇ ਰਹੇ ਸਦਾ ਪੀਰੇ। ਕੋਈ ਸੰਤ ਸੰਸਾਰਿਕ ਮਹਾਨ ਹਨ ਜੋ ਪ੍ਰਾਈ ਪੀਰਾਂ ਨੂੰ ਸਮਝਦੇ ਹਨ, ਉਸ ਦਾ ਸਮਾਧਾਨ ਕਰਦੇ ਹਨ। ਸੰਤ ਮਹਾਂਪੁਰਸ਼ ਸੰਸਾਰ 'ਤੇ ਪਰ ਉਪਕਾਰ ਕਰਨ ਵਾਸਤੇ ਆਉਂਦੇ ਹਨ ਔਰ ਐਸੀ ਸੰਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਵਿਸ਼ਵ ਭਰ ਗੁਰਾਂ ਪੈਰੋਕਾਰਾਂ ਨੂੰ ਰਵਿਦਾਸੀਆ ਧਰਮ ਵਿਸ਼ਵ ਪੱਧਰ 'ਤੇ ਪਹਿਚਾਣ ਮਿਲੀ ਹੈ, ਜਿਸ ਦਾ ਪ੍ਰਚਾਰ ਪ੍ਰਸਾਰ ਵਿਸ਼ਵ ਭਰ ਵਿੱਚ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਮਹਾਰਾਜ ਸੰਚਾਲਕ ਦੇਰਾ 100 ਵਾਰ ਸੰਤ ਰਵਿਦਾਸ ਜੀ ਗੋਪਾਲ ਕਲਾਂ ਜੋ ਕਿ ਰਵਿਦਾਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਵਿਸ਼ਵ ਭਰ ਵਿੱਚ ਕਰਦੇ ਹਨ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਮਿਸ਼ਨ ਰਵਿਦਾਸੀਆ ਧਰਮ ਔਰ ਪੁੱਜ ਸੰਤ ਮਹਾਂਪੁਰਸ਼ ਸੰਤ ਮਹਾਰਾਜ ਰਵਿਦਾਸ ਜੀ ਮਹਾਰਾਜ, ਸੰਤ ਬੀਬੀ ਕਰਮੀ ਦੇਵੀ ਜੀ, ਬਿਧੀ ਸਾਹਿਬ ਜੀ ਮਹਾਰਾਜ, ਉਹਨਾਂ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾ ਰਹੇ ਹਨ। ਇਹ ਪਾਵਨ ਸਥਾਨ ਜਿੱਥੇ ਸੰਤ ਬੀਬੀ ਕਰਮੀ ਦੇਵੀ ਜੀ ਮਹਾਰਾਜ ਜੀ ਦਾ ਆਗਮਨ ਹੋਇਆ, ਪਰਿਵਾਰ ਸਿਮਰਪਤ ਪਰਿਵਾਰ ਸ਼੍ਰੀ ਮਾਨ ਦਾਸਤਾਨ ਜੀ ਕ੍ਰਿਸ਼ਨ ਕੌਜੀਆਂ ਪਰਿਵਾਰ ਵੱਲੋਂ ਇਹ ਜਗ੍ਹਾ ਸੰਤਾਂ ਮਹਾਂਪੁਰਸ਼ਾਂ ਨੂੰ ਸਮਰਪਿਤ ਕੀਤੀ ਗਈ ਹੈ, ਜਿੱਥੇ ਰਵਿਦਾਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਹੋਵੇਗਾ, ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਚਾਰ ਪ੍ਰਸਾਰ ਹੋਵੇਗਾ ਔਰ ਨਾਲ ਹੀ ਨਾਲ ਜੋ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵਿਸ਼ਵ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕੀਤੇ, ਸਤ ਵਿਦਿਆ ਕੋਲ ਪਰੇ ਪ੍ਰਾਪਤ ਕਰੇ ਸਦਾ ਗਿਆਨ, ਰਵਿਦਾਸ ਕਹੇ ਬਿਨ ਵਿਦਿਆ ਨਰਕ ਕੋ ਜਾਣ ਖਜਾਨ, ਵਿਦਿਆ ਦਾ ਪ੍ਰਚਾਰ ਪ੍ਰਸਾਰ ਹੋਵੇਗਾ। ਸੰਤ ਮਹਾਂਪੁਰਸ਼ ਇਸ ਸੰਸਾਰ ਵਿੱਚ ਭੁੱਲੀ ਭੱਟੀ ਮੁਕਤਾਂ ਨੂੰ ਸਰਦਾ ਰਾਹ ਦਿਖਾਉਣ ਵਾਸਤੇ ਆਉਂਦੇ ਹਨ। ਇਸ ਸੰਸਾਰ ਵਿੱਚ ਸੰਤਾਂ ਮਹਾਂਪੁਰਸ਼ਾਂ ਦਾ ਨਾਮ ਹਮੇਸ਼ਾ ਰਹਿੰਦਾ, ਜਿਹੜੇ ਸਮਾਜ ਦੀ ਗੱਲ ਕਰਕੇ ਜਾਂਦੇ ਉਹਨਾਂ ਦਾ ਨਾਮ ਹਮੇਸ਼ਾ ਰਹਿੰਦਾ, ਦਾਨੀਆਂ ਦਾ ਹਮੇਸ਼ਾ ਨਾਮ ਰਹਿੰਦਾ। ਸਤਿਗੁਰੂ ਸਵਾਮੀ ਸਰਵਨ ਦਾਸ ਜੀ ਮਹਾਰਾਜ ਜੀ ਨੇ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਇਆ। ਸ਼੍ਰੀ ਗੁਰਦਾਸ ਜਨਮ ਸਥਾਨ ਮੰਦਿਰ ਸ਼੍ਰੀ ਗੁਰਵਰਧਨਪੁਰ ਮਹਾਨ ਤੀਰਥ ਸਥਾਨ ਦੀ ਖੋਜ ਕਰਕੇ ਅਤੇ ਉਸਾਰੀ ਕਰਵਾ ਕੇ ਵਿਸ਼ਵ ਪੱਧਰ 'ਤੇ ਸੰਤਾਂ ਨੂੰ ਮਹਾਨ ਤੀਰਥ ਅਸਥਾਨ ਬਖਸ਼ ਕੀਤਾ ਔਰ ਸਾਡੇ ਵਿੱਚ ਸ਼੍ਰੀਮਾਨ ਕਿਰਪਾਲ ਜੀ ਬੈਠੇ ਹਨ, ਜਿਨ੍ਹਾਂ ਨੇ ਸੰਤ ਸਰਵਨ ਦਾਸ ਚੈਰੀਟੇਬਲ ਹੋਸਪਿਟਲ ਲਈ ਗਰਮੀਆਂ ਸੇਵਾਵਾਂ ਨਿਭਾਈਆਂ। ਕਿਉਂਕਿ ਜੋ ਜੀਵ ਆਪਣੇ ਅਤੇ ਰਹਿਬਰਾਂ ਦਾ, ਗੁਰੂਆਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਸ਼ਹੀਦਾਂ ਦਾ, ਸਮਾਜ ਧਾਰਕਾਂ ਦਾ, ਮਾਤਾ ਪਿਤਾ ਦਾ ਕਰਜ਼ਾ ਮਹਿਸੂਸ ਕਰਦੇ ਹਨ, ਉਹ ਗੁਰੂਆਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਂਦੇ ਹਨ ਔਰ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਿਸ਼ਵ ਦੇ ਮਹਾਨ ਰਹਿਬਰ, ਜਿਨ੍ਹਾਂ ਨੇ ਪੂਰੇ ਵਿਸ਼ਵ ਨੂੰ ਬੇਗਮਪੁਰਾ ਵਿੱਚ ਮਨਾਉਣ ਦਾ ਸੰਕਲਪ ਦਿੱਤਾ, ਜਿਸ ਨੂੰ ਮਾਨਵਤਾ ਦੇ ਮਸੀਹਾ ਬਾਬਾ ਸਾਹਿਬ ਭੀਮ ਰਾਮ ਅੰਬੇਦਕਰ ਨੇ ਭਾਰਤ ਸੰਵਿਧਾਨ ਬਣਾ ਕੇ ਵਿਵਹਾਰਿਕ ਰੂਪ ਦਿੱਤਾ ਹੈ। ਤੋਂ ਅੱਜ ਵਿਸ਼ਵ ਭਰ ਵਿੱਚ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰਾਂ ਦੀ ਰਵਿਦਾਸੀਆ ਧਰਮ ਦੇ ਨਾਮ ਨਾਲ ਵੱਖਰੀ ਪਹਿਚਾਣ ਹੈ। ਅੱਜ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਮਹਾਰਾਜ ਦੇ ਸ਼ੀਰਵਾਦ ਨਾਲ ਸੰਤਾਂ ਨੂੰ ਇਸ ਸਥਾਨ ਦੇ ਵਿਅਕਤੀ ਕਰਨ ਦਾ ਸਵਾਲ ਪ੍ਰਾਪਤ ਹੋਇਆ। ਸੰਤ ਰਵਿਦਾਸ ਜੀ ਅੱਜ ਸੰਤਾਨੀਆਂ ਹਨ ਅਤੇ ਜਦੋਂ ਆਪਾਂ ਆਪਣੇ ਗੁਰੂਆਂ ਦੇ ਚਰਨਾਂ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਆਪਾਂ ਨੂੰ ਸਦੀਵੀ ਸ਼ਾਂਤੀ ਔਰ ਸਕੂਨ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਜਦੋਂ ਆਪਾਂ ਗੁਰੂਆਂ ਦੇ ਨਾਮ 'ਤੇ ਆਪਣੇ ਸੰਤਾਂ ਮਹਾਂਪੁਰਸ਼ਾਂ ਦੇ ਨਾਮ 'ਤੇ ਉਹਨਾਂ ਦੀ ਯਾਦਗਾਰ ਬਣਾਉਂਦੇ ਹਾਂ, ਇਹਦਾ ਇਹ ਪ੍ਰਯੋਜਨ ਹੈ ਆਪਣੇ ਮਹਾਰਾਜ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ
और अपने रेगर के मिशन में अपने शहीदों के अपने संत महापुरुषों के मिशन अगर लेके जाना। अमर शहीद संतरामा ने शहादत तो बाद विश्व भर रविदास का धर्म उन्होंने रविदासियों की पहचान ली है। तो मैं अजय प्रभागे समय के सारे संतों को बहुत बहुत बधाई दिंदा हाँ। एक बार फिर श्रीमान दास राम जी जी प्रीतम कौर जी सारे परिवार का बहुत धन्यवाद करता हाँ जिन्होंने जमीन इस महान कार्य वास्ते दान की है। और सब तो वह धनबाद संत जी की पिता देवी जी महाराज का जो समाज के पर्व कर रहे हैं सारे संतों को लेकर प्रेर जो बोले सो नर पै जगत।